एक पासे जदों कैनेडा ने कुछ समय पहला अनाउंस किया SDS दे विच जो है बहुत लीनियंट हो गया कैनेडा, उस तो बाद इंडिया और कैनेडा दे विच थोड़ा तनाव बनता नज़र आया, स्टूडेंट पहला बहुत खुश होया तो हुण स्टूडेंट थोड़ा चिंता विच आ गया, ये चीज़ां नूं टेंपरेरी मनिया जाए या फिर स्टूडेंट जिहड़ा डिसीजन लैण दे विच थोड़ा रुकिया होया है, जिसे जिन्हां दे पेरेंट्स भी हले थोड़ा रुके हुए ने उन्हां लई अज दी वीडियो खास रहण वाली है, क्योंकि एक माहिर सलाह इत्थे बहुत जरूरी है स्टूडेंट्स लई भी उन्हां दे पेरेंट्स लई भी, क्योंकि इनटेक वल भी हर कोई फोकस कर रहा है कि इनटेक निकल गया तो अगों फिर सपटंबर इनटेक बहुत दूर हो जाता है, नाल दी नाल स्टूडेंट दी प्रोफाइल दे विच भी थोड़ा गैप पैना शुरू हो जाता है। सो ਕਿਵੇਂ ਪੇਰੈਂਟਸ ਜਾਂ ਜਿਹੜੇ ਸਟੂਡੈਂਟਸ ਨੇ ਸਹੀ ਡਿਸੀਜਨ ਲੈਣ, ਖਾਸ ਤੌਰ 'ਤੇ ਜਦ ਆਪਾਂ ਗੱਲ ਕੈਨੇਡਾ ਦੀ ਕਰਦੇ ਹਾਂ। ਸੋ ਅੱਗੇ ਅਸੀਂ ਕੋਰਸਿਸ ਬਾਰੇ ਲਗਾਤਾਰ ਗੱਲ ਕਰਦੇ ਹਾਂ, ਪ੍ਰੋਵਿੰਸ ਬਾਰੇ ਵੀ ਲਗਾਤਾਰ ਗੱਲ ਕਰਦੇ ਹਾਂ, ਪਰ ਅੱਜ ਇਹ ਵੀਡੀਓ ਖਾਸ ਤੌਰ 'ਤੇ ਅਵੇਅਰ ਕਰਨ ਦੇ ਲਈ ਹੈ ਤਾਂ ਕਿ ਤੁਸੀਂ ਡਿਸੀਜਨ ਲੈਣਾ ਤਾਂ ਸਮਝਦਾਰੀ ਦੇ ਨਾਲ ਆਪਣੇ ਸਮੇਂ ਨੂੰ ਬਚਾਉਂਦੇ ਹੋਏ ਔਰ ਇਸ ਕੀਮਤੀ ਸਮੇਂ ਨੂੰ ਸਹੀ ਤਰੀਕੇ ਨਾਲ ਯੂਟੀਲਾਈਜ਼ ਕਰਨ ਦੇ ਲਈ ਕਿਵੇਂ ਸਹੀ ਡਿਸੀਜ਼ਨ ਲਓ ਤੁਸੀਂ। ਸਵਾਗਤ ਹੈ ਜੀ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ ਔਰ ਅੱਜ ਖਾਸ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਨੇ ਨੈਵੀਗੇਟਰਸ ਓਵਰਸੀਜ਼ ਸੋ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਨਮਸਕਾਰ ਸਾਰਿਆਂ ਜੀ। ਸੋ ਮੈਮ ਤੁਹਾਡਾ 26-27 ਸਾਲਾਂ ਦਾ ਐਕਸਪੀਰੀਅੰਸ ਹੈ, ਪਰ ਅੱਜ ਜਦ ਆਪਾਂ ਕੈਨੇਡਾ ਦੀ ਗੱਲ ਕਰਦੇ ਹਾਂ ਪੇਰੈਂਟਸ ਬਹੁਤ ਜ਼ਿਆਦਾ ਕੰਸਰਨ ਨਜ਼ਰ ਆਉਂਦੇ ਨੇ, ਪੇਰੈਂਟਸ ਦੇ ਮਨ ਵਿੱਚ ਆਉਂਦਾ ਕਿ ਸਾਨੂੰ ਹੁਣ ਕੈਨੇਡਾ ਲਈ ਆਪਣੇ ਬੱਚੇ ਬਾਰੇ ਸੋਚਣਾ ਚਾਹੀਦਾ, ਅਪਲਾਈ ਕਰਵਾਉਣਾ ਚਾਹੀਦਾ ਜਾਂ ਫਿਰ ਸਾਨੂੰ ਕੋਈ ਹੋਰ ਕੰਟਰੀ ਦੇਖਣੀ ਚਾਹੀਦੀ ਹੈ। ਤੁਸੀਂ ਇੱਥੇ ਕਿਸ ਤਰੀਕੇ ਨਾਲ ਗਾਈਡ ਕਰ ਰਹੇ ਹੋ ਪੇਰੈਂਟਸ ਨੂੰ? ਦੇਖੋ, ਇਹ ਮੇਰੀ ਜਿਹੜੀ ਸਲਾਹ ਹੈ ਉਹ ਪੇਰੈਂਟਸ ਔਰ ਬੱਚਿਆਂ ਦੇ ਵਾਸਤੇ, ਦੋਨਾਂ ਦੇ ਵਾਸਤੇ ਹੈ। ਤੁਸੀਂ ਫੋਕਸ ਰੱਖੋ ਸਭ ਤੋਂ ਪਹਿਲੇ ਕੋਰਸ ਦੇ ਉੱਪਰ। ਜਦ ਤੁਸੀਂ ਜ਼ਿੰਦਗੀ ਵਿੱਚ ਬੱਚੇ ਨੂੰ ਸੈਟਲ ਕਰਨਾ ਹੈ ਤਾਂ ਦਿਮਾਗ 'ਚ ਇਹ ਰੱਖੋ ਮੇਰਾ ਬੱਚਾ ਮਜ਼ਦੂਰੀ ਕਰਨ ਨਹੀਂ ਜਾ ਰਿਹਾ, ਇਹ ਦਿਮਾਗ 'ਚੋਂ ਕੱਢ ਦਿਉ ਕਿ ਮੇਰਾ ਬੱਚੇ ਦਾ ਬਸ ਇੱਕ ਵਾਰੀ ਵੀਜ਼ਾ ਲੱਗ ਜਾਏ, ਠੀਕ ਹੈ। ਕਦੀ ਤੁਸੀਂ ਕਹਿੰਦੇ ਹੋ ਕਿ ਆਸਟ੍ਰੇਲੀਆ ਭੇਜ ਦਿੰਦੇ ਹਾਂ, ਕਦੀ ਕਹਿੰਦੇ ਉੱਥੇ PR ਨਹੀਂ ਮਿਲਦੀ, ਕਦੀ ਕਹਿੰਦੇ ਹੋ ਤੁਸੀਂ ਕੈਨੇਡਾ 'ਚ ਪ੍ਰੋਬਲਮ ਆ ਗਈ, ਤੁਸੀਂ ਭੇਜੋਗੇ ਕਿੱਥੇ ਬੱਚਿਆਂ ਨੂੰ, ਫਿਰ ਇੰਡੀਆ 'ਚ ਪੜਾਓ। ਹਰ ਕੰਟਰੀ ਆਪਣੇ ਆਪ ਦੇ ਵਿੱਚ ਬਹੁਤ ਅੱਛੀ ਹੈ, ਸਾਰੇ ਕੰਟਰੀਆਂ ਦਾ ਜਿਹੜਾ ਮਤਲਬ ਜਿਹੜਾ ਕਰਿਕੁਲਮ ਹੁੰਦਾ ਉਹ ਇੰਨਾ ਕੁ ਅੱਛਾ ਬਣਿਆ ਹੋਇਆ, ਜਾਂ ਬੱਚਿਆਂ ਨੂੰ ਆਪਾਂ ਦਿਮਾਗ 'ਚ ਇਹ ਰੱਖ ਦਈਏ ਕਿ ਇਹ ਪਰਟੀਕੁਲਰ ਕੋਰਸ ਦੀ ਜਿਹੜੀ ਹੈ ਅੱਗੇ ਜੋਬ ਆਪਸ਼ਨਸ ਬਹੁਤ ਜ਼ਿਆਦਾ ਹੈ, ਉਹਦੇ ਵਾਸਤੇ ਤੁਹਾਨੂੰ ਜਾਂ ਤਾਂ ਸਾਡਾ ਐਕਸਪੀਰੀਅੰਸ ਲੈਣਾ ਪਏਗਾ ਜਾਂ ਤੁਸੀਂ ਆਪ ਰਿਸਰਚ ਕਰੋ। ਬੱਚੇ ਨੂੰ ਜਿਹੜੇ ਸਬਜੈਕਟਸ ਦਵਾਏ ਆ ਉਹਦੇ ਰਿਲੇਟਿਡ ਤੁਸੀਂ ਗੂਗਲ ਕਰੋ, ਤੁਸੀਂ ਇੰਡੀਡ 'ਤੇ ਜਾਓ, ਤੁਸੀਂ ਦੇਖੋ ਜੋਬ ਆਪਸ਼ਨ ਕਿਹੜੇ ਏਰੀਆ ਦੇ ਵਿੱਚ ਕਿੰਨੀ ਜ਼ਿਆਦਾ ਜੋਬ ਆਪਸ਼ਨ ਹੈ। ਜੇ ਜੋਬ ਆਪਸ਼ਨ ਹੈ ਤਾਂ ਨੈਚੁਰਲ ਹੈ ਤੁਹਾਡੇ ਬੇਟੇ ਨੇ ਤੁਹਾਡੀ ਬੇਟੀ ਨੇ 2 ਸਾਲ ਬਾਅਦ ਡਿਪਲੋਮਾ ਕਰ ਲੈਣਾ, ਜਾਂ ਡਿਗਰੀ 'ਚ ਗਿਆ ਤਾਂ 4 ਸਾਲ ਬਾਅਦ ਡਿਗਰੀ ਕਰ ਲੈਣੀ, ਜਾਂ ਮਾਸਟਰ 'ਚ ਗਿਆ ਤਾਂ PG ਡਿਪਲੋਮਾ 1 ਸਾਲ ਦਾ ਜਾਂ ਡਿਗਰੀ 2 ਸਾਲ ਦੀ, ਉਹਦੇ ਬਾਅਦ ਉਹਦੀ ਸਾਰੀ ਜ਼ਿੰਦਗੀ ਜੋਬ ਵਾਸਤੇ ਹੀ ਹੈ। ਜੇ ਕੋਰਸ ਅੱਛਾ ਕੀਤਾ ਤਾਂ PR ਤਾਂ ਉਹਦੇ ਪਿੱਛੇ ਭੱਜਦੀ ਹੈ, ਉਹ PR ਦੇ ਪਿੱਛੇ ਨਹੀਂ ਭੱਜਦਾ, ਕਿਉਂਕਿ ਜੇ ਅੱਛੀ ਪੜ੍ਹਾਈ ਕੀਤੀ ਹੈ ਔਰ ਉਹਦੇ ਬਾਅਦ ਬੱਚੇ ਨੇ ਜਿਹੜਾ ਜੋਬ ਲੈ ਲਈ ਹੈ ਔਰ ਅੱਛੀ ਸੈਲਰੀ ਆ ਰਹੀ, ਇੱਕ ਬੱਚਾ ਬੇਸਿਕ ਸੈਲਰੀ ਦੇ ਵਿੱਚ ਕੰਮ ਕਰ ਰਿਹਾ, ਅੱਛਾ ਕੋਰਸ ਕਰਕੇ ਉਹਦੀ ਸੈਲਰੀ ਵੀ ਡਬਲ ਟ੍ਰਿਪਲ ਹੁੰਦੀ ਹੈ, ਉਹ ਬੱਚਿਆਂ ਨੂੰ ਕਦੀ ਵੀ ਪਰਮਾਨੈਂਟ ਰੈਜ਼ੀਡੈਂਸੀ ਦੀ ਪ੍ਰੋਬਲਮ ਨਹੀਂ ਆਉਂਦੀ ਹੈ, ਕਿਉਂਕਿ ਉਹ ਕੰਟਰੀਆਂ ਨੂੰ ਇਹ ਬੱਚੇ ਚਾਹੀਦੇ ਹੈ ਜਿਹੜੇ ਪੜ੍ਹੇ ਹੋਏ ਆ, ਜਿਨ੍ਹਾਂ ਨੇ ਕੋਰਸ ਅੱਛੇ ਕੀਤੇ। ਉੱਥੇ ਸ਼ੋਰਟੇਜ ਚੱਲ ਰਹੀ ਹੈ ਹੈਲਥ ਰਿਲੇਟਿਡ, ਦੇਖੋ ਕਿਸੇ ਵੀ ਕੰਟਰੀ ਦੇ ਵਿੱਚ ਹਮੇਸ਼ਾ ਸ਼ੋਰਟੇਜ ਹੁੰਦੀ ਹੈ, ਇੰਜੀਨੀਅਰਿੰਗ ਦੇ ਬਹੁਤ ਸਾਰੇ ਇੱਦਾਂ ਦੇ ਪ੍ਰੋਗਰਾਮ ਹੈ ਜਿਨ੍ਹਾਂ ਦੀ ਹਮੇਸ਼ਾ ਸ਼ੋਰਟੇਜ ਹੈ, IT ਦੇ ਇਹੋ ਜਿਹੇ ਪ੍ਰੋਗਰਾਮ ਹੈ, ਅੱਜ ਤੁਸੀਂ ਸਾਈਬਰ ਸਿਕਿਉਰਿਟੀ ਕਹੋ, ਕਲਾਊਡ ਕੰਪਿਊਟਿੰਗ ਕਹੋ, ਆਰਟੀਫਿਸ਼ਲ ਇੰਟੈਲੀਜੈਂਸ ਕਹੋ, ਉਹਨਾਂ ਦੇ ਬੰਦੇ ਹੀ ਨਹੀਂ ਪੂਰੇ ਹੋ ਰਹੇ ਹੈ, ਅਤੇ ਇਹ ਸਾਰੇ ਪ੍ਰੋਗਰਾਮ ਦੇ ਜਿਹੜਾ, ਲੇਕਿਨ ਆਪਣਾ ਬੱਚਾ ਵੀ ਉਸਦੇ ਕਾਬਿਲ ਹੋਣਾ ਚਾਹੀਦਾ। ਮੰਨ ਲਓ ਆਪਣਾ ਬੱਚਾ ਉਸਦੇ ਕਾਬਿਲ ਨਹੀਂ ਆ, ਆਰਟਸ ਦਾ ਬੱਚਾ, ਉਹਦੇ ਵਾਸਤੇ ਤੁਸੀਂ ਟਰੈਵਲ ਟੂਰਿਜ਼ਮ, ਹੋਸਪਿਟੈਲਿਟੀ ਮੈਨੇਜਮੈਂਟ ਥੋੜ੍ਹੇ ਸੌਖੇ ਜਿਹੇ ਪ੍ਰੋਗਰਾਮ ਦਿਉ, ਸਪਲਾਈ ਚੇਨ ਮੈਨੇਜਮੈਂਟ ਇਹ ਵੀ ਸੌਖਾ ਆਉਂਦਾ, ਇੱਦਾਂ ਦੇ ਹੋਰ ਅਸੀਂ ਬਹੁਤ ਪ੍ਰੋਗਰਾਮ ਤੁਹਾਨੂੰ ਕੱਢ ਦਾਂਗੇ ਜਿਹੜੇ ਪ੍ਰੋਗਰਾਮ ਈਜ਼ੀ ਹੈ, ਲੇਕਿਨ ਉਹ ਅਵੇਲੇਬਲ ਹੋਣੇ ਚਾਹੀਦੇ ਹੈ। ਆਪਣਾ ਪੰਜਾਬੀਆਂ ਦੀ ਕੀ ਸੋਚ ਹੈ ਕਿ ਕਰ ਲਾਂਗੇ 2 ਮਹੀਨੇ ਪਹਿਲੇ, 2 ਮਹੀਨੇ ਪਹਿਲੇ ਤਾਂ ਤੁਹਾਨੂੰ 8 ਮਹੀਨੇ ਬਾਅਦ ਦੇ ਤਾਂ ਕੋਰਸ ਮਿਲ ਰਹੇ, ਅਵੇਲੇਬਿਲਿਟੀ ਨਹੀਂ ਹੈ। ਹੁਣ ਜਿਹੜਾ ਮੈਂ ਤੁਹਾਨੂੰ ਇੰਨੀ ਟੈਕਨੀਕਲ ਚੀਜ਼ਾਂ ਦੱਸੀਆਂ ਕਿ ਤੁਹਾਡਾ ਪ੍ਰੋਗਰਾਮ ਦੇ ਨਾਲ ਕੋਰਸ ਮੈਚ ਹੋਣਾ ਚਾਹੀਦਾ, ਵੀਜ਼ੇ ਦੇ ਵਾਸਤੇ ਜੋਬ ਦੇ ਵਾਸਤੇ ਕੋਰਸ ਅੱਛਾ ਹੋਣਾ ਚਾਹੀਦਾ, ਉਹਦੇ ਵਾਸਤੇ ਤੁਹਾਨੂੰ ਵੀ ਟਾਈਮ ਚਾਹੀਦਾ। ਉਹ ਜਿਹੜੇ ਅੱਛੇ ਪ੍ਰੋਗਰਾਮ ਹੈ ਨਾ ਉਹਨਾਂ ਦੀ ਸੀਟਾਂ ਵੀ ਪਹਿਲੇ ਭਰਦੀਆਂ, ਉਹ ਤੁਹਾਡਾ ਵੇਟ ਨਹੀਂ ਕਰ ਰਹੀਆਂ। ਜੇ ਤੁਹਾਨੂੰ 2024 ਸਤੰਬਰ ਦਾ ਮਿਲਦਾ ਤੁਸੀਂ ਲੈ ਲਓ ਉਹ ਕੋਰਸ, ਤੁਹਾਡਾ ਤੁਸੀਂ ਫਾਈਲ ਜਿਹੜੀ ਹੈ 6 ਮਹੀਨੇ ਪਹਿਲੇ ਲਾ ਸਕਦੇ ਹੋ,
ਤੁਸੀਂ ਜੇ ਪਹਿਲੇ ਫਾਈਲ ਲਗਾ ਲਈ ਵੀਜ਼ਾ ਤੁਹਾਡਾ ਪਹਿਲੇ ਆ ਗਿਆ ਤੁਹਾਡੇ ਕੋਲ ਬਥੇਰਾ ਟਾਈਮ ਹੈ ਬਾਕੀ ਕੁਛ ਜਿਹੜਾ ਜਾਣ ਤੋਂ ਪਹਿਲੇ ਬੱਚੇ ਨੂੰ ਰਿਸ਼ਤੇਦਾਰਾਂ ਨੂੰ ਮਿਲਣਾ ਹੈ ਕੋਈ ਉੱਥੇ ਵਾਸਤੇ ਤਿਆਰੀ ਕਰਨੀ ਹੈ ਕਈ ਬੱਚੇ ਕੋਈ ਸ਼ਾਰਟ ਟਰਮ ਕੋਰਸ ਕਰਕੇ ਜਾਂਦੇ ਆ ਕਿ ਜਾਣ ਦੇ ਸਾਰ ਸਾਨੂੰ ਡੇਲੀ ਐਕਸਪੈਂਸਿਸ ਦੀ ਪ੍ਰੋਬਲਮ ਨਾ ਆਏ ਕੁਛ ਕੋਰਸਿਸ ਦੇ ਵਿੱਚ ਜਾਣ ਦੇ ਸਾਰ ਪਾਰਟ ਟਾਈਮ ਜੋਬ ਬੜੀ ਅਵੇਲੇਬਲ ਹੁੰਦੀਆਂ ਤਾਂ ਤੁਹਾਡੇ ਕੋਲ ਇਹ ਸਾਰੀ ਆਪਸ਼ਨਸ ਹੋ ਜਾਂਦੇ ਅਤੇ ਇਸ ਕਰਕੇ ਤੁਸੀਂ ਜਾਣ ਤੋਂ ਤੁਸੀਂ 2024 ਦਾ ਜਾਂ ਮਈ ਦਾ ਜਾਂ ਸੈਪਟੈਂਬਰ ਦਾ ਜੋ ਵੀ ਮਿਲੇ ਤੁਸੀਂ ਉਹਨੂੰ ਲੈ ਲਓ ਔਰ ਲੈ ਕੇ ਤੁਸੀਂ ਇਮੀਡੀਏਟ ਇੰਪਲੀਮੈਂਟ ਕਰੋ ਫੀਸ ਪੇ ਕਰੋ ਫਾਈਲ ਲਗਵਾਓ ਤੁਸੀਂ ਇਮੀਡੀਏਟ ਜੀ 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 ਬਿਲਕੁਲ ਸੋ ਦੇਖੋ ਟਾਈਮਲੀ ਡਿਸੀਜ਼ਨ ਲਿਆ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦਾ ਹੈ ਤਾਂ ਕਿ ਤੁਸੀਂ ਟਾਈਮ ਦੇ ਨਾਲ ਅੱਗੇ ਵੱਧਦੇ ਜਾਓ ਪਿੱਛੇ ਨਾ ਕਿਤੇ ਬਾਕੀਆਂ ਦੇ ਮੁਕਾਬਲੇ ਰਹਿ ਜਾਓ ਸੋ ਮੈਮ ਇੱਥੇ ਤੁਸੀਂ ਬਹੁਤ ਸਾਰੇ ਸਟੂਡੈਂਟਸ ਨਾਲ ਡੀਲ ਕਰਦੇ ਹੋ ਤੁਹਾਡੇ ਕੋਲ ਹਰ ਰੋਜ਼ ਢੇਰੋ ਸਟੂਡੈਂਟਸ ਮਿਲਣ ਆਉਂਦੇ ਨੇ ਉਹਨਾਂ ਦੇ ਪੇਰੈਂਟਸ ਵੀ ਮਿਲਣ ਆਉਂਦੇ ਨੇ ਜ਼ਿਆਦਾ ਕਿੱਥੇ ਪੇਰੈਂਟਸ ਜੋ ਹੈ ਕੰਸਰਨਡ ਨਜ਼ਰ ਆ ਰਹੇ ਨੇ ਅੱਜ ਦੇ ਟਾਈਮ ਵਿੱਚ ਦੇਖੋ ਹਰਜੋਤ ਅੱਜ ਦੇ ਟਾਈਮ 'ਚ ਜਿਹੜੇ ਪੇਰੈਂਟਸ ਹੈ ਨਾ ਉਹ ਸਾਰੇ ਆਪਦੇ ਦਿਮਾਗ ਦੀ ਚਲਾਉਂਦੇ ਅੱਜ ਤੋਂ 5-7 ਸਾਲ ਪਹਿਲੇ 10 ਸਾਲ ਪਹਿਲੇ ਅਸੀਂ ਜੋ ਕਹਿਣਾ ਉਹ ਬੱਚਿਆਂ ਨੇ ਮੰਨ ਲੈਣਾ ਉਹਦੇ ਨਾਲ ਜਿਹੜਾ ਹੈ ਹਰ ਬੱਚਾ ਸੈਟਲ ਹੁੰਦਾ ਸੀਗਾ ਇਹ ਜਦ ਤੋਂ ਇਹ ਟ੍ਰੈਂਡ ਚੱਲਿਆ ਨਾ ਕਿ ਨਹੀਂ ਮੇਰਾ ਉੱਥੇ ਰਿਸ਼ਤੇਦਾਰ ਹੈ ਤੁਸੀਂ ਇਹ ਦੇਖੋ ਜੇ ਰਿਸ਼ਤੇਦਾਰ ਹੈ ਕੱਲ੍ਹ ਵੀ ਮੈਂ ਇੱਕ ਪੇਰੈਂਟਸ ਨੂੰ ਪੁੱਛਿਆ ਤੁਹਾਨੂੰ ਕੀ ਹੈਲਪ ਮਿਲੇਗੀ ਕਹਿੰਦੇ 5-7 ਦਿਨ ਆਪਦੇ ਕੋਲ ਰਹਿ ਜਾਏਗਾ ਔਰ ਏਅਰਪੋਰਟ ਤੋਂ ਲੈ ਜਾਏਗਾ ਮੈਂ ਕਿਹਾ ਹਰ ਕਾਲਜ ਜਿਹੜਾ ਹੈ ਹਰ ਯੂਨੀਵਰਸਿਟੀ ਏਅਰਪੋਰਟ ਪਿਕਅਪ ਦੇ ਦਿੰਦੀ ਹੈ ਮੰਨ ਲਓ ਨਹੀਂ ਵੀ ਦਿੰਦੀ ਹੈ ਤਾਂ ਤੁਸੀਂ ਜਿਹੜਾ ਉਹਨੂੰ ਜਿਹੜਾ $100 ਜਿਹੜਾ ਦੇ ਕੇ ਟੈਕਸੀ ਲੈ ਸਕਦੇ ਹੋ ਰਾਈਟ $100 ਜਿਹੜੀ 6,000-6,500 ਦੀ ਗੱਲ ਹੋ ਗਈ ਉਹਦੇ ਬਾਅਦ ਤੁਸੀਂ ਜਿਹੜਾ ਇਹਦੀ ਅਕੋਮੋਡੇਸ਼ਨ ਦੀ ਗੱਲ ਕਰਦੇ ਹੋ 1 ਵੀਕ ਦੀ ਅਕੋਮੋਡੇਸ਼ਨ ਕਿਸੇ ਵੀ ਏਅਰਬੀਐਨਬੀ ਤੋਂ ਵੀ ਅਸੀਂ ਕਰਾਵਾਂਗੇ ਤਾਂ ਕਿੰਨੇ ਦੀ ਹੋਏਗੀ 200 ਦੀ 250 ਦੀ $300 ਦੀ 17-18 ਹਜ਼ਾਰ ਮਤਲਬ ਤੁਸੀਂ ਲੱਖਾਂ ਰੁਪਏ ਖਰਚ ਕੀਤੇ ਔਰ 30-35 ਹਜ਼ਾਰ ਰੁਪਏ ਦੇ ਪਿੱਛੇ ਤੁਸੀਂ ਲੈਣਾ ਚਾਹੁੰਦੇ ਹੋ ਕਿਸੇ ਦੀ ਹੈਲਪ ਅਤੇ ਉਹਦੇ ਨਾਲ ਕੀ ਹੋਏਗਾ ਅਤੇ ਤੁਹਾਡਾ ਜਿਹੜਾ ਬੱਚੇ ਦੀ PR ਦੇ ਵਿੱਚ ਓਬਸਟੈਕਲ ਬਣਿਆ ਉਹਦੀ ਜੋਬ 'ਚ ਓਬਸਟੈਕਲ ਬਣਿਆ ਉਹਦੇ ਵਿੱਚ ਕੌਨਫੀਡੈਂਸ ਨਹੀਂ ਬਣਿਆ ਹੋ ਸਕਦਾ ਰਿਸ਼ਤੇਦਾਰਾਂ ਕੋਲ ਜਾ ਕੇ ਉਹ ਹੋਰ ਜ਼ਿਆਦਾ ਉਹਨੂੰ ਕਈ ਪ੍ਰੋਬਲਮਸ ਆਉਂਦੀਆਂ ਅਤੇ ਇਹਨਾਂ ਚੀਜ਼ਾਂ ਤੋਂ ਬਚ ਕੇ ਜਿੱਥੇ ਪ੍ਰੋਗਰਾਮ ਅੱਛਾ ਮਿਲ ਰਿਹਾ ਉੱਥੇ ਭੇਜੋ ਬੱਚੇ ਨੂੰ ਸੈਲਫ ਡਿਪੈਂਡੈਂਟ ਬਣਨ ਦਿਉ ਔਰ ਉਹ ਆਪ ਬੱਚਾ ਕਿਉਂਕਿ ਬੜਾ ਹੋ ਗਿਆ ਉਹ ਆਪ ਦਾ ਫਿਊਚਰ ਆਪ ਸੋਚ ਸਕਦਾ ਬਿਲਕੁਲ ਬਿਲਕੁਲ ਸਹੀ ਤੁਸੀਂ ਗੱਲ ਕਹੀ ਹੈ ਸੋ ਜ਼ਰੂਰ ਪੇਰੈਂਟਸ ਨੂੰ ਵੀ ਇਹਨਾਂ ਗੱਲਾਂ 'ਤੇ ਗੌਰ ਕਰਨੀ ਚਾਹੀਦੀ ਹੈ ਜ਼ਰੂਰ ਇਹ ਦੇਖੋ ਕਿਹੜੀ ਸਹੀ ਬੈਸਟ ਆਪਸ਼ਨ ਹੈ ਤੁਹਾਡੇ ਬੱਚੇ ਲਈ ਔਰ ਸਟੂਡੈਂਟਸ ਨੂੰ ਵੀ ਇਹਨਾਂ ਗੱਲਾਂ ਦਾ ਧਿਆਨ ਰੱਖਦੇ ਹੋਏ ਹੀ ਅੱਗੇ ਵਧਣਾ ਚਾਹੀਦਾ ਤਾਂ ਕਿ ਤੁਸੀਂ ਸ਼ਾਰਟ ਟਰਮ ਨਹੀਂ ਲੌਂਗ ਟਰਮ ਆਪਣੇ ਫਿਊਚਰ ਦੇ ਲਈ ਸਹੀ ਡਿਸੀਜ਼ਨ ਲੈ ਸਕੋ ਕੋਈ ਸਵਾਲ ਹੈ ਡਾਊਟ ਹੈ ਜ਼ਰੂਰ ਜਿਹੜਾ ਨੰਬਰ ਡਿਸਪਲੇ ਇਸ ਉੱਪਰ ਕਾਲ ਕਰ ਸਕਦੇ ਹੋ ਨੈਵੀਗੇਟਰਸ ਓਵਰਸੀਜ਼ ਦੇ ਆਫਿਸ ਵੀ ਵਿਜ਼ਿਟ ਕਰ ਸਕਦੇ ਹੋ ਆਪਣੇ ਡਾਕੂਮੈਂਟ ਜ਼ਰੂਰ ਲੈ ਕੇ ਆਇਓ ਤਾਂ ਕਿ ਅਸੈਸਮੈਂਟ ਕਰਕੇ ਇੱਕ ਇੱਕ ਚੀਜ਼ ਨੂੰ ਜਾਂਚ ਪਰਖ ਕੇ ਤੁਹਾਨੂੰ ਸਹੀ ਚੀਜ਼ਾਂ ਅੱਗੋਂ ਲਈ ਗਾਈਡ ਕੀਤੀਆਂ ਜਾ ਸਕਣ ਬਹੁਤ ਬਹੁਤ ਥੈਂਕਸ ਮੈਮ ਤੁਸੀਂ ਕਾਫੀ ਚੰਗੇ ਢੰਗ ਨਾਲ ਚੀਜ਼ਾਂ ਸਮਝਾਈਆਂ ਨੇ ਖਾਸ ਤੌਰ 'ਤੇ ਆਪਾਂ ਅੱਜ ਸਟੂਡੈਂਟਸ ਦੇ ਨਾਲ ਨਾਲ ਪੇਰੈਂਟਸ ਨੂੰ ਵੀ ਗਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਆਪਣੇ ਬੱਚੇ ਦੇ ਭਵਿੱਖ ਦੇ ਲਈ ਉਹ ਇੱਕ ਚੰਗਾ ਡਿਸੀਜ਼ਨ ਕਿਵੇਂ ਲੈਣ ਉਹਨਾਂ ਨੂੰ ਪਤਾ ਹੋਵੇ ਸੋ ਆਪਣੇ ਸਵਾਲ ਤੁਸੀਂ ਕਮੈਂਟ ਸੈਕਸ਼ਨ ਵਿੱਚ ਵੀ ਸਾਡੇ ਨਾਲ ਜ਼ਰੂਰ ਸਾਂਝੇ ਕਰ ਸਕਦੇ ਹੋ ਅੱਗੋਂ ਵੀ ਅਸੀਂ ਤੁਹਾਡੇ ਲਈ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ ਅੱਜ ਲਈ ਸਾਨੂੰ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮੱਚ ਥੈਂਕ ਯੂ